ਸਤਿ ਸ੍ਰੀ ਅਕਾਲ ਦੋਸਤੋ, ਆਪ ਸਭ ਦਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਕਲਾਸ ਦੇ ਵਿੱਚ। ਦੋਸਤੋ, ਸਕੂਲਾਂ ਦੇ ਬੰਦ ਨੂੰ ਲੈ ਕੇ ਇਸ ਵੇਲੇ ਦੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਵੇਂ ਕਿ ਕੱਲ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕੀਤੀ ਸੀ ਜਿਸ ਵਿੱਚ ਦੱਸਿਆ ਸੀ ਕਿ ਮੋਹਾਲੀ ਐਸੇ ਨਗਰ ਵਿੱਚ 0.2% ਤੋਂ ਜ਼ਿਆਦਾ ਕੋਰੋਨਾ ਕੇਸ ਹੋਣ ਕਾਰਨ ਉੱਥੋਂ ਦੇ ਚੌਥੀ ਤੱਕ ਦੇ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਸਨ। ਉਹਨਾਂ ਨੇ ਇਹ ਵੀ ਕਿਹਾ ਸੀ ਕਿ ਅਗਲੇ ਆਦੇਸ਼ਾਂ ਤੱਕ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲ ਬੰਦ ਰਹਿਣ। ਸੋ ਦੋਸਤੋ, ਹੁਣ ਇਸ ਸੂਬੇ ਨੇ ਵੀ ਸਕੂਲਾਂ ਨੂੰ ਲੈ ਕੇ ਇੱਕ ਵੱਡਾ ਐਲਾਨ ਕੀਤਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕੀ ਹੈ ਉਹ ਐਲਾਨ। ਦੋਸਤੋ, ਖਬਰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਜ਼ਰੂਰ ਕਰ ਲੈਣਾ ਤੇ ਨਾਲ ਹੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰ ਦੇਣਾ। ਤੇ ਦੋਸਤੋ, ਜੇਕਰ ਤੁਹਾਡੇ ਮਨ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਹੈ ਤੁਸੀਂ ਸਾਨੂੰ ਕਮੈਂਟ ਕਰਕੇ ਵੀ ਪੁੱਛ ਸਕਦੇ ਹੋ। ਸੋ ਆਓ ਦੋਸਤੋ ਵਧਦੇ ਹਾਂ ਖਬਰ ਵੱਲ। ਖਬਰ ਕੁਝ ਇਸ ਤਰ੍ਹਾਂ ਹੈ, ਹਿਮਾਚਲ ਕੈਬਨਿਟ ਦਾ ਵੱਡਾ ਫੈਸਲਾ, 27 ਸਤੰਬਰ ਤੋਂ ਖੁੱਲਣਗੇ ਸਕੂਲ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਸੋਮਵਾਰ ਤੋਂ ਯਾਨੀ 27 ਇੱਥੇ ਅਗਸਤ ਲਿਖਿਆ ਹੈ, ਵੈਸੇ ਗਲਤ ਹੈ, 27 ਸਤੰਬਰ 2021 ਤੋਂ 9ਵੀਂ ਤੋਂ 12ਵੀਂ ਜਮਾਤ ਲਈ ਸਕੂਲ ਫਿਰ ਤੋਂ ਖੋਲਣ ਦਾ ਫੈਸਲਾ ਕੀਤਾ ਹੈ। ਇੱਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ। ਮੁੱਖ ਮੰਤਰੀ ਜੈ ਰਾਮ ਠਾਕੁਰ ਦੀ ਪ੍ਰਧਾਨਗੀ ਚ ਇੱਥੇ ਹੋਈ ਕੈਬਨਿਟ ਦੀ ਬੈਠਕ ਚ ਇਹ ਫੈਸਲਾ ਕੀਤਾ ਗਿਆ। ਉਹਨਾਂ ਨੇ ਕਿਹਾ ਹੈ ਕਿ ਜਮਾਤ 10ਵੀਂ ਤੋਂ 12ਵੀਂ ਦੇ ਵਿਦਿਆਰਥੀ ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਸਕੂਲ ਆਉਣਗੇ, ਜਦੋਂ ਕਿ 9ਵੀਂ ਤੋਂ 11ਵੀਂ ਦੇ ਵਿਦਿਆਰਥੀ ਇੱਕ ਹਫ਼ਤੇ ਚ ਵੀਰਵਾਰ, ਸ਼ੁੱਕਰਵਾਰ ਅਤੇ ਸ਼ਨੀਚਰਵਾਰ ਨੂੰ ਲੱਗਣਗੇ। 8400400400, ਜੀ ਹਾਂ, ਯਾਦ ਕਰ ਲਵੋ ਵਟਸਐਪ ਨੰਬਰ, ਕਿਉਂਕਿ ਹੁਣ ਚਾਹੇ ਤੁਹਾਡਾ ਮੈਥ ਦਾ ਸਵਾਲ ਹੋਵੇ, ਫਿਜ਼ਿਕ, ਕੈਮਿਸਟਰੀ ਜਾਂ ਬਾਇਓਲੋਜੀ ਦਾ, ਤੁਹਾਡੇ ਹਰ ਡਾਊਟ, ਹਰ ਕੁਐਸਚਨ ਦਾ ਮਿਲੇਗਾ ਤੁਰੰਤ ਵੀਡੀਓ ਸੋਲੂਸ਼ਨ, ਉਹ ਵੀ ਸਿੱਧਾ ਤੁਹਾਡੇ ਵਟਸਐਪ ਨੰਬਰ ਤੇ। ਬਸ ਆਪਣੇ ਫੋਨ ਤੇ ਡਾਊਟ ਨੈਟ ਦਾ 8400400400 ਨੰਬਰ ਸੇਵ ਕਰ ਲਵੋ ਅਤੇ ਚੈਟ ਓਪਨ ਕਰੋ। ਫਿਰ ਜੋ ਵੀ ਤੁਹਾਡਾ ਡਾਊਟ ਹੈ, ਉਸ ਸਵਾਲ ਦੀ ਫੋਟੋ ਖਿੱਚਣੀ ਹੈ, ਕ੍ਰੌਪ ਕਰਨੀ ਹੈ, 5 ਸਕਿੰਟ ਦੇ ਅੰਦਰ ਅੰਦਰ ਤੁਹਾਨੂੰ ਉਸਦਾ ਵੀਡੀਓ ਸੋਲੂਸ਼ਨ ਮਿਲ ਜਾਵੇਗਾ। ਕਲਾਸ 6 ਤੋਂ 12 ITJEE ਨੀਟ, CBSE ਬੋਰਡ ਅਤੇ ਸਾਰੇ ਸਟੇਟ ਬੋਰਡ ਦੇ ਬੱਚਿਆਂ ਲਈ, ਤਾਂ ਫਿਰ ਦੇਰ ਕਿਸ ਗੱਲ ਦੀ, ਹੁਣੇ ਜਾਓ ਅਤੇ 8400400400 ਨੰਬਰ ਤੇ ਆਪਣਾ ਸਵਾਲ ਵਟਸਐਪ ਕਰੋ ਅਤੇ ਆਪਣੇ ਸਾਰੇ ਡਾਊਟਸ ਨੂੰ ਆਊਟ ਕਰੋ, ਲਿੰਕ ਡਿਸਕ੍ਰਿਪਸ਼ਨ ਚ। ਉਹਨਾਂ ਨੇ ਕਿਹਾ ਹੈ ਕਿ 8ਵੀਂ ਤੱਕ ਦੀਆਂ ਆਨਲਾਈਨ ਪੜ੍ਹਾਈ ਅਤੇ ਪ੍ਰੀਖਿਆ ਜਾਰੀ ਰਹੇਗੀ। ਕੈਬਨਿਟ ਨੇ ਪਾਰਟ ਟਾਈਮ ਮਲਟੀ ਟਾਸਕ ਵਰਕ ਪਾਲਿਸੀ 2020 ਦੇ ਪ੍ਰਬੰਧਾਂ ਅਨੁਸਾਰ ਸਿੱਖਿਆ ਸੰਸਥਾਵਾਂ ਚ ਮਲਟੀ ਟਾਸਕ ਵਰਕਰਾਂ ਦੇ 8000 ਅਹੁਦੇ ਬਣਾਏ ਅਤੇ ਭਰਤੀ ਦਾ ਫੈਸਲਾ ਕੀਤਾ। ਨੀਤੀ ਅਨੁਸਾਰ ਇੱਕ ਅਕਾਦਮਿਕ ਸਾਲ ਚ 10 ਮਹੀਨਿਆਂ ਲਈ ਬਹੁਤ ਕੰਮ ਮਜ਼ਦੂਰਾਂ ਨੂੰ ਪ੍ਰਤੀ ਮਹੀਨੇ 5625 ਰੁਪਏ ਦਾ ਸਮੂਹਿਕ ਮਾਣ ਪੱਤਾ ਪ੍ਰਦਾਨ ਕੀਤਾ ਜਾਵੇਗਾ। ਸੋ ਦੋਸਤੋ, ਹੁਣ ਹਿਮਾਚਲ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਕਿ 27 ਤਰੀਕ ਯਾਨੀ ਕਿ 27 ਸਤੰਬਰ ਤੋਂ 9ਵੀਂ ਤੋਂ 12ਵੀਂ ਜਮਾਤ ਦੇ ਸਕੂਲ ਫਿਰ ਤੋਂ ਖੁੱਲ ਜਾਣਗੇ। ਸੋ ਦੋਸਤੋ, ਇੱਥੇ ਤੁਹਾਨੂੰ ਇੱਕ ਜ਼ਰੂਰੀ ਜਾਣਕਾਰੀ ਦੇ ਦਈਏ, ਲਗਭਗ ਪਿਛਲੇ ਹਫ਼ਤੇ ਵਿੱਚ ਤੁਹਾਨੂੰ ਇੱਕ ਖ਼ਬਰ ਵੀ ਸਾਂਝੀ ਕੀਤੀ ਸੀ ਕਿ ਹਿਮਾਚਲ ਦੇ ਵਿੱਚ ਇੱਕੋ ਹੀ ਸਕੂਲ ਦੇ 40 ਵਿਦਿਆਰਥੀ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਸੋ ਉਸ ਤੋਂ ਬਾਅਦ ਹੁਣ ਹਿਮਾਚਲ ਸਰਕਾਰ ਦਾ ਇੱਕ ਬਹੁਤ ਵੱਡਾ ਫੈਸਲਾ ਹੈ ਕਿ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ ਖੁੱਲਣ ਜਾ ਰਹੇ ਹਨ। ਸੋ ਦੋਸਤੋ, ਇਹ ਸੀ ਇਸ ਵੇਲੇ ਦੀ ਵੱਡੀ ਖ਼ਬਰ। ਜਲਦੀ ਹੀ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਧੰਨਵਾਦ।